Pharisees. जो इस Pharisees कर्म है इधर संबंध सिर्फ फेरोमैग्नेटिक सब्सटेंस दे रहा है, क्योंकि अपन कल कल समझी सी या सुनी सी गल कि जो डायमैग्नेटिक सब्सटेंस है या पैरामैग्नेटिक सब्सटेंस है ये सिर्फ उन्नी देर तक ही मैग्नेटाइज्ड रहते हैं जिन्नी देर तक ये एक्सटर्नल मैग्नेटिक फील्ड दे विच प्लेस है, और जब तक कोई सब्सटेंस मैग्नेटाइज्ड रहता है तो एज ए मैग्नेट बिहेव करता, मतलब जो तुम कहते हैं कि ये मैग्नेट है इट मीन्स वो मैग्नेटाइज्ड स्टेट दे विच। तो जेडे फेरोमैग्नेटिक सब्सटेंसेस है उन्होंने खूबी ये है कि वो अगर एक बार मैग्नेटाइज्ड फील्ड दे विच रख दिते जान, एक्सटर्नल मैग्नेटिक फील्ड च भी रख दिते जान, वो मैग्नेटाइज्ड हो जाते हैं, और एक बार वो मैग्नेटाइज्ड हो गए उस तो बाद वो जो एक्सटर्नल मैग्नेटिक फील्ड है वो चाहे हटा लिया जाए, बंद कर दिता जाए, या उहदे विचों सबस्टांस बाहर कढ के ले आंदा जाए, तो वो फेरोमैग्नेटिक सबस्टांस मैग्नेटाइज्ड ही रहता है, तो एज ए मैगनेट बिहेव करते। हुण जदों असी ई देखदे आ कि जिहड़ा फेरोमैग्नेटिक सबस्टांस है मैग्नेटाइजिंग फील्ड जिन्हें सबस्टांस नूं मैग्नेटाइज करना वो एच है, और आईएमपी है इंटेंसिटी ऑफ मैग्नेटाइजेशन, मतलब ये उदो पैदा होनी है जदों सबस्टांस मैग्नेटाइज हो गया। हुण कल गल दसी सी जिहड़ा एच है ना इनू असी कंट्रोल कर सकते किदा, और उहदी एक बड़ी सिंपल एग्जाम्पल लई सी जिहड़ी असी सिलेबस च पढ़ी भी है, वो है कि जिदा मान लो साडे कोल एक सोलिनॉइड और सोलिनॉइड के अंदर जिहड़ी जगह वा वो खाली है, वैक्यूम है, और जितना ही असी इस सोलिनॉइड दे विच करंट पास करांगे आई तो उसे वक्त सोलिनॉइड दे अंदर यूनिफॉर्म मैग्नेटिक फील्ड पैदा हो जाएगा, क्योंकि असी जिहड़ी सोलिनॉइड दी गल कर रहे हैं मैं बोल रहे हैं वो आइडियल सोलिनॉइड है। तो जदों इस सोलिनॉइड दे अंदर मैग्नेटिक फील्ड पैदा होया वैल्यू बी की वैल्यू डिपेंड करेगी ये तीन फैक्टर्स दे म्यू नॉट एन आई, एन नंबर ऑफ टर्न्स है ना पर यूनिट लेंथ है, आई करंट है, म्यू नॉट मैग्नेटिक परमेबिलिटी ऑफ फ्री स्पेस या वैक्यूम। हुण जदों असीं कहने हैं कि इस जगह पे मैग्नेटिक फील्ड पैदा हो गया एच की वैल्यू कटी जा सकती है, एच कितना कट सकते हैं क्योंकि ये मैग्नेटिक फील्ड
ਵੈਕਿਊਮ ਚ ਹੈ, ਤੋ ਵੈਕਿਊਮ ਵਾਲੇ ਮੈਗਨੈਟਿਕ ਫੀਲਡ ਨੂੰ ਮਿਊ ਨੋਟ ਨਾਲ ਡਿਵਾਈਡ ਕਰਦੇ ਹੋ ਤਾਂ ਐਚ ਬਣ ਜਾਏਗਾ। ਇਹਦਾ ਮਤਲਬ ਸੋਲੀਨਾਈਡ ਦੇ ਅੰਦਰ ਜੋ ਐਚ ਮੈਗਨੇਟਾਈਜ਼ਿੰਗ ਫੀਲਡ ਪੈਦਾ ਹੋ ਰਿਹਾ ਉਹਦਾ ਕੰਟਰੋਲ ਇਹਦੇ ਹੱਥ 'ਚ ਹੈ ਐਨ ਔਰ ਆਈ ਦੇ। ਹੁਣ ਐਨ ਤਾਂ ਹੈ ਨੰਬਰ ਆਫ ਟਰਨਸ ਪਰ ਯੂਨਿਟ ਲੈਂਥ, ਤੋ ਇੱਕ ਵਾਰੀ ਜਿਹੜੀ ਸੋਲੀਨਾਈਡ ਬਣਾ ਲਈ ਉਹਦੇ 'ਚ ਐਨ ਤਾਂ ਫਿਕਸ ਹੋ ਗਿਆ। ਹੁਣ ਰਹਿ ਗਿਆ ਆਈ, ਤੋ ਕਰੰਟ ਨੂੰ ਅਸੀਂ ਇਨਕਰੀਜ਼ ਵੀ ਕਰ ਸਕਦੇ ਹਾਂ, ਡਿਕਰੀਜ਼ ਵੀ ਕਰ ਸਕਦੇ ਹਾਂ, ਘਟਾ ਵੀ ਸਕਦੇ ਹਾਂ, ਵਧਾ ਵੀ ਸਕਦੇ ਹਾਂ। ਇਹਦਾ ਮਤਲਬ ਆਈ ਦੇ ਹਿਸਾਬ ਨਾਲ ਅਸੀਂ ਐਚ ਨੂੰ ਕੰਟਰੋਲ ਕਰ ਸਕਦੇ ਹਾਂ, ਵੀ ਐਚ ਐਚ ਦੀ ਵੈਲਿਊ ਨੂੰ ਵਧਾ ਵੀ ਸਕਦੇ ਹਾਂ, ਘਟਾ ਵੀ ਸਕਦੇ ਹਾਂ। ਠੀਕ ਹੈ, ਤੋ ਆ ਜਾਓ ਫਿਰ। ਹੁਣ ਆਪਾਂ ਕੀ ਕੀਤਾ, ਮੰਨ ਲਓ ਆਹ ਫੈਰੋਮੈਗਨੈਟਿਕ ਸਬਸਟਾਂਸ, ਤਾਂ ਇਹਨੂੰ ਲਿਜਾ ਕੇ ਇੱਥੇ ਰੱਖਤਾ ਸੋਲੀਨਾਈਡ ਦੇ ਅੰਦਰ ਰੱਖਤਾ ਇਹਨੂੰ, ਔਰ ਜਦੋਂ ਇਹਨੂੰ ਰੱਖਿਆ ਸੀ ਤਾਂ ਅਸੀਂ ਕਰੰਟ ਜ਼ੀਰੋ ਕਰਤਾ ਸੀ। ਜਦੋਂ ਕਰੰਟ ਜ਼ੀਰੋ ਹੈ ਤਾਂ ਐਚ ਵੀ ਜ਼ੀਰੋ ਹੋਏਗਾ, ਅਤੇ ਉਸ ਤੋਂ ਬਾਅਦ ਅਸੀਂ ਕਰੰਟ ਸਵਿੱਚ ਔਨ ਕਰਤਾ ਅਤੇ ਹੌਲੀ ਹੌਲੀ ਵਧਾਉਣਾ ਸ਼ੁਰੂ ਕਰਤਾ, ਤਾਂ ਜਦੋਂ ਐਚ ਕਰੰਟ ਵਧਾਵਾਂਗੇ ਤਾਂ ਐਚ ਵੀ ਵਧੇਗਾ। ਤੋ ਐਚ ਦੇ ਵਧਣ ਦੇ ਨਾਲ ਆਈ ਐਮ 'ਤੇ ਕੀ ਫਰਕ ਪਏਗਾ, ਜਦੋਂ ਅਸੀਂ ਉਹ ਆਈ ਐਮ ਦੀ ਵੈਲਿਊ ਨੋਟ ਕਰਾਂਗੇ ਅਲੱਗ ਅਲੱਗ ਐਚ 'ਤੇ, ਤਾਂ ਉਹਨਾਂ ਕੇਸਿਸ ਨੂੰ ਜੋੜ ਕੇ ਜਿਹੜਾ ਗ੍ਰਾਫ ਬਣੇਗਾ ਉਹ ਇੱਦਾਂ ਦਾ ਬਣੇਗਾ। ਵੀ ਸ਼ੁਰੂ 'ਚ ਜਦੋਂ ਅਸੀਂ ਐਚ ਨੂੰ ਇਨਕਰੀਜ਼ ਕਰਾਂਗੇ ਤਾਂ ਆਈ ਐਮ ਦੀ ਵੈਲਿਊ ਵੀ ਲੀਨੀਅਰਲੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਚ ਹੋਏਗੀ, ਤੋ ਗ੍ਰਾਫ ਸਟ੍ਰੇਟ ਲਾਈਨ ਆਏਗਾ। ਪਰ ਉਸ ਤੋਂ ਬਾਅਦ ਜਦੋਂ ਫਰਦਰ ਐਚ ਨੂੰ ਇਨਕਰੀਜ਼ ਕਰਾਂਗੇ ਤਾਂ ਇਹ ਗ੍ਰਾਫ ਹੁਣ ਬੈਂਡ ਹੋਣਾ ਸ਼ੁਰੂ ਹੋ ਜਾਏਗਾ, ਔਰ ਜਦੋਂ ਐਚ ਨੂੰ ਹੋਰ ਇਨਕਰੀਜ਼ ਕਰਾਂਗੇ ਤਾਂ ਇਹ ਗ੍ਰਾਫ ਆਲਮੋਸਟ ਐਚ ਦੇ ਪੈਰਲਲ ਹੋ ਜਾਏਗਾ। ਮਤਲਬ ਆਹ ਜਿਹੜੀ ਲਾਈਨ ਹੈ ਉਹ ਐਚ ਦੇ ਪੈਰਲਲ ਹੋ ਗਈ। ਉਹਦਾ ਕੀ ਮਤਲਬ, ਜਿੰਨਾ ਮਰਜ਼ੀ ਐਚ ਨੂੰ ਵਧਾ ਲਓ ਆਈ ਐਮ ਦੀ ਵੈਲਿਊ ਮੈਕਸੀਮਮ ਹੋ ਚੁੱਕੀ ਹੈ। ਤੋ ਜਦੋਂ ਸਬਸਟਾਂਸ ਦੀ ਆਈ ਐਮ ਮੀਨਸ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਮੈਕਸੀਮਮ ਹੋ ਜਾਏ ਤਾਂ ਅਸੀਂ ਵਰਡ ਯੂਜ ਕਰਦੇ ਹਾਂ ਕਿ ਸਬਸਟਾਂਸ ਮੈਗਨੈਟਿਕਲੀ ਸੈਚੂਰੇਟਡ ਹੋ ਗਿਆ, ਮਤਲਬ ਐਕਸਟ੍ਰੀਮ ਵੈਲਿਊ ਆ ਗਈ। ਵੀ ਹੁਣ ਮੰਨ ਲਓ ਪੜ੍ਹਦੇ ਪੜ੍ਹਦੇ ਨੰਬਰ 100 ਤੋਂ 100 ਆਉਣੇ ਸ਼ੁਰੂ ਹੋ ਜਾਣ, ਹੈਨਾ, ਸੈਚੂਰੇਸ਼ਨ ਹੈ, ਉਸ ਤੋਂ ਉੱਪਰ ਥੋੜ੍ਹੀ ਆ ਜਾਣੇ। ਸਮਝ ਗਿਆ ਗੱਲ ਨੂੰ, ਵੀ ਜਿੰਨੀ ਕਪੈਸਿਟੀ ਸੀਗੀ ਉਨੀ ਆ ਗਈ, ਤੋ ਉਹ ਸੈਚੂਰੇਸ਼ਨ ਆ। ਅੱਛਾ, ਤੋ ਹੁਣ ਬੇਟਾ ਜਦੋਂ ਆਈ ਐਮ ਮੈਕਸੀਮਮ ਹੋ ਗਿਆ ਤਾਂ ਅਸੀਂ ਸੋਚਿਆ ਵੀ ਹੁਣ ਵੀ ਕਰੰਟ ਨੂੰ ਵਧਾਉਣਾ ਬੰਦ ਕਰ ਦਿਓ। ਜੇ ਕਰੰਟ ਨੂੰ ਇਨਕਰੀਜ਼ ਕਰਨਾ ਬੰਦ ਕਰਤਾ, ਐਚ ਵੀ ਇਨਕਰੀਜ਼ ਹੋਣਾ ਬੰਦ ਹੋ ਗਿਆ ਕਿਉਂਕਿ ਆਈ ਐਮ ਮੈਕਸੀਮਮ ਹੋ ਚੁੱਕਾ। ਹੁਣ ਅਸੀਂ ਸੋਚੀਏ ਵੀ ਆਈ ਨੂੰ ਘਟਾਈਏ, ਜਦੋਂ ਆਈ ਨੂੰ ਘਟਾਵਾਂਗੇ ਤਾਂ ਐਚ ਵੀ ਘਟੇਗਾ ਅਤੇ ਆਈ ਐਮ ਨੂੰ ਵੀ ਘਟਣਾ ਚਾਹੀਦਾ, ਤਾਂ ਆਈ ਐਮ ਘਟਣਾ ਸ਼ੁਰੂ ਹੋ ਗਿਆ। ਅਸੀਂ ਉਮੀਦ ਕਰਦੇ ਸੀਗੇ ਕਿ ਜਿੱਦਾਂ ਐਚ ਨੂੰ ਵਧਾਉਣ 'ਤੇ ਆਈ ਐਮ ਵਧਿਆ ਸੀ, ਐਚ ਨੂੰ ਘਟਾਉਣ 'ਤੇ ਆਈ ਐਮ ਉੱਦਾਂ ਹੀ ਘਟੇਗਾ ਵੀ, ਪਰ ਇੱਦਾਂ ਨਹੀਂ ਹੋਇਆ। ਤਾਂ ਐਕਚੁਅਲੀ ਜਦੋਂ ਅਸੀਂ ਐਚ ਨੂੰ ਘਟਾਉਣਾ ਸ਼ੁਰੂ ਕੀਤਾ ਤਾਂ ਆਈ ਐਮ ਦੀ ਵੈਲਿਊ ਘਟੀ ਤਾਂ ਸੀ, ਪਰ ਵਾਪਸੀ ਦਾ ਰਸਤਾ ਕੁਛ ਇੱਦਾਂ ਦਾ ਹੋ ਗਿਆ।
ਐਚ ਦੇ ਘਟਾਉਣ ਦੇ ਨਾਲ ਆਈ ਐਮ ਘਟਣਾ ਸ਼ੁਰੂ ਹੋ ਗਿਆ। ਜਦੋਂ ਆਪਾਂ ਐਚ ਘਟਾ ਰਹੇ ਹਾਂ ਤਾਂ ਆਈ ਐਮ ਥੱਲੇ ਆਉਣਾ ਸ਼ੁਰੂ ਹੋ ਗਿਆ, ਪਰ ਜਦੋਂ ਅਸੀਂ ਐਚ ਨੂੰ ਜ਼ੀਰੋ ਕਰਤਾ ਤਾਂ ਵੀ ਕੁਛ ਆਈ ਐਮ ਬਚਿਆ ਰਹਿ ਗਿਆ। ਜਦਕਿ ਸ਼ੁਰੂ ਚ ਜਦੋਂ ਐਚ ਜ਼ੀਰੋ ਸੀ ਤਾਂ ਆਈ ਐਮ ਜ਼ੀਰੋ ਸੀ, ਪਰ ਵਾਪਸੀ ਵੇਲੇ ਆਈ ਐਮ ਜ਼ੀਰੋ ਨਹੀਂ ਹੋਇਆ, ਹੈ ਨਾ। ਤੋ ਮਤਲਬ ਜਦੋਂ ਸਟਾਰਟ ਕੀਤਾ ਸੀ ਤੇ ਆਈ ਐਮ ਔਰ ਐਚ ਦੋਨੋਂ ਹੀ ਜ਼ੀਰੋ ਸੀ, ਇੱਕੋ ਜਗ੍ਹਾ ਤੇ ਖੜੇ ਸੀ। ਫਿਰ ਐਚ ਦੇ ਅੱਗੇ ਵਧਣ ਨਾਲ ਆਈ ਐਮ ਵੀ ਅੱਗੇ ਵਧਦਾ ਗਿਆ, ਹੈ ਨਾ। ਪਰ ਜਦੋਂ ਵਾਪਸੀ ਕੀਤੀ ਤਾਂ ਐਚ ਪਹਿਲਾਂ ਜ਼ੀਰੋ ਹੋ ਗਿਆ, ਹਾਲੇ ਆਈ ਐਮ ਜ਼ੀਰੋ ਨਹੀਂ ਹੋਇਆ। ਇਹਦਾ ਮਤਲਬ ਆਈ ਐਮ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਐਚ ਦੇ ਪਿੱਛੇ ਰਹਿ ਗਈ, ਕਿ ਐਚ ਪਹਿਲਾਂ ਅੱਗੇ ਆ ਕੇ ਜ਼ੀਰੋ ਤੇ ਆ ਗਿਆ। ਤੋ ਇਹ ਜਿਹੜਾ ਫਾਲੋ ਕਰਨਾ ਵਾ, ਕਿਸੇ ਨੂੰ ਫਾਲੋ ਕਰਨਾ, ਤੋ ਉਹਨੂੰ ਅਸੀਂ ਹਿਸਟੈਰੇਸਿਸ ਕਹਿੰਦੇ ਹਾਂ, ਠੀਕ ਹੈ। ਤੋ ਹਿਸਟੈਰੇਸਿਸ ਇੱਥੇ ਮਤਲਬ ਕੀ ਹੈ ਕਿ ਐਚ ਦੇ ਮਗਰ ਜਦੋਂ ਆਈ ਐਮ ਹੋ ਜਾਂਦਾ ਵਾ, ਫੈਰੋਮੈਗਨੈਟਿਕ ਸਬਸਟਾਂਸ ਦੇ ਵਿੱਚ ਕੀ ਹੋ ਰਿਹਾ, ਲੈਗਿੰਗ ਆਫ ਆਈ ਐਮ ਬਿਹਾਈਂਡ ਐਚ, ਤੋ ਇਸ ਨੂੰ ਅਸੀਂ ਹਿਸਟੈਰੇਸਿਸ ਕਹਿੰਦੇ ਹਾਂ। ਤੋ ਜਿਹੜਾ ਹਿਸਟੈਰੇਸਿਸ ਕਨਸੈਪਟ ਹੈ ਉਹਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਕਿ ਜਦੋਂ ਅਸੀਂ ਐਚ ਨੂੰ ਵਧਾਉਣਾ ਸ਼ੁਰੂ ਕੀਤਾ ਤਾਂ ਆਈ ਐਮ ਵਧਿਆ, ਜਦੋਂ ਐਚ ਨੂੰ ਘਟਾਉਂਦੇ ਹੋਏ ਜ਼ੀਰੋ ਤੇ ਆ ਗਏ ਤਾਂ ਆਈ ਐਮ ਐਚ ਦੇ ਨਾਲ ਜ਼ੀਰੋ ਨਹੀਂ ਹੋਇਆ। ਉਸ ਵਕਤ ਐਚ ਜ਼ੀਰੋ ਹੋਣ ਦੇ ਬਾਵਜੂਦ ਵੀ ਆਈ ਐਮ ਕੁਛ ਰਹਿ ਗਈ ਹੈ, ਮਤਲਬ ਇਹ ਜਿਹੜੀ ਵੈਲਿਊ ਰਹਿ ਗਈ ਹੈ ਨਾ ਵਾਲੀ, ਇਹ ਹੈ ਜਦੋਂ ਅਸੀਂ ਆਇਰਨ ਪੀਸ ਨੂੰ ਮੈਗਨੈਟਿਕ ਫੀਲਡ ਚੋਂ ਕੱਢ ਕੇ ਬਾਹਰ ਰੱਖਤਾ, ਈਵਨ ਦੈਨ ਉਹ ਮੈਗਨੈਟ ਦੀ ਤਰ੍ਹਾਂ ਬਿਹੇਵ ਕਰ ਰਿਹਾ, ਤਾਂ ਉਹਦੇ ਲਈ ਉਹਦੀ ਜਿਹੜੀ ਇੰਟੈਂਸਿਟੀ ਆਫ ਮੈਗਨੈਟਾਈਜੇਸ਼ਨ ਹੈ ਵਾਲੀ, ਉਹਨੂੰ ਅਸੀਂ ਕਹਿੰਦੇ ਹਾਂ ਪੁੱਤਰ ਆਹ ਜਿਹੜੀ ਵੈਲਿਊ ਹੈ, ਦਿਸ ਵੈਲਿਊ, ਇਸ ਵੈਲਿਊ ਨੂੰ ਅਸੀਂ ਕਹਿੰਦੇ ਹਾਂ ਰਿਟੈਂਟਿਵਿਟੀ। ਜਿਹੜੀ
ਜਦੋਂ ਕਰੰਟ ਆਪੋਜ਼ਿਟ ਡਾਇਰੈਕਸ਼ਨ 'ਚ ਸੈੱਟ ਕਰਕੇ ਫਲੋ ਕਰਾਉਣਾ ਸ਼ੁਰੂ ਕੀਤਾ ਤਾਂ ਆਹ ਜਿਹੜਾ ਬੀ ਹੈ ਜਿਹੜਾ ਕਿ ਪਹਿਲਾਂ ਇਸ ਕਾਲੇ ਰੰਗ ਦੇ ਕਰਕੇ ਇੱਧਰ ਸੀ, ਹੁਣ ਇਹ ਇੱਧਰ ਨੂੰ ਹੋ ਜਾਣਾ, ਉਹਦੀ ਡਾਇਰੈਕਸ਼ਨ ਹੋ ਜਾਣੀ ਹੈ। ਮਤਲਬ ਐਚ ਦੀ ਡਾਇਰੈਕਸ਼ਨ ਹੁਣ ਕੀ ਕਰਤੀ ਅਸੀਂ, ਆਪੋਜ਼ਿਟ ਉਲਟ। ਤੋ ਆਪੋਜ਼ਿਟ ਐਚ ਨੂੰ ਅਸੀਂ ਨੈਗੇਟਿਵ ਐਚ ਕਹਿ ਸਕਦੇ ਹਾਂ, ਕਿਉਂਕਿ ਜੇ ਇੱਧਰ ਵਾਲੇ ਐਚ ਨੂੰ ਪੋਜ਼ਿਟਿਵ ਕਿਹਾ ਤਾਂ ਇੱਧਰ ਵਾਲੇ ਨੂੰ ਨੈਗੇਟਿਵ ਕਿਹਾ ਜਾ ਸਕਦਾ। ਤੋ ਹੁਣ ਬੇਟਾ ਅਸੀਂ ਐਚ ਨੂੰ ਉਲਟ ਪਾਸੇ ਵਧਾਉਣਾ ਸ਼ੁਰੂ ਕਰ। ਤਾਂ ਜਦੋਂ ਐਚ ਵਧਾਉਣਾ ਸ਼ੁਰੂ ਕੀਤਾ ਅਸੀਂ ਕਿੱਦਾਂ ਆਈ ਨੂੰ ਰਿਵਰਸ ਕਰਕੇ, ਤੋ ਆਈ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰਤਾ, ਤਾਂ ਜਿਹੜਾ ਅੰਦਰ ਪਿਆ ਫੈਰੋਮੈਗਨੈਟਿਕ ਸਬਸਟਾਂਸ ਹੈ ਉਹਦੀ ਜਿਹੜੀ ਆਈ ਐਮ ਦੀ ਵੈਲਿਊ ਹੈ ਉਹ ਐਚ ਦੇ ਉਲਟ ਪਾਸੇ ਇਨਕਰੀਜ਼ ਕਰਨ ਤੇ ਘਟਣ ਲੱਗ ਪਈ, ਔਰ ਘਟਦੀ ਘਟਦੀ ਕੀ ਹੋ ਗਈ, ਜ਼ੀਰੋ। ਇਹਦਾ ਮਤਲਬ ਜਦੋਂ ਇਹ ਆਹ ਪੁਆਇੰਟ ਆਇਆ ਨਾ, ਸੀ ਪੁਆਇੰਟ ਆਇਆ, ਤਾਂ ਸੀ ਪੁਆਇੰਟ ਤੇ ਪਹੁੰਚ ਕੇ ਆਈ ਐਮ ਦੀ ਵੈਲਿਊ ਕੀ ਹੋ ਚੁੱਕੀ ਹੈ, ਜ਼ੀਰੋ। ਮਤਲਬ ਆਹ ਜਿਹੜਾ ਸਬਸਟਾਂਸ ਹੈ ਇਹ ਹੁਣ ਦੁਬਾਰਾ ਫੇਰ ਕੀ ਹੋ ਗਿਆ, ਕੰਪਲੀਟਲੀ ਡੀਮੈਗਨੇਟਾਈਜ਼ਡ, ਨੋਰਮਲ ਬਣ ਗਿਆ। ਪਰ ਇਹਨੂੰ ਨੋਰਮਲ ਬਣਾਉਣ ਲਈ ਸਾਨੂੰ ਕੀ ਕਰਨਾ ਪਿਆ, ਐਚ ਅਪਲਾਈ ਕਰਨਾ ਪਿਆ। ਮਤਲਬ ਐਚ ਆਪੋਜ਼ਿਟ ਡਾਇਰੈਕਸ਼ਨ 'ਚ ਅਪਲਾਈ ਕਰਨਾ ਪਿਆ, ਕਿੰਨਾ ਇੰਨਾ ਵੈਲਿਊ। ਤੋ ਆਹ ਜਿਹੜੀ ਵੈਲਿਊ ਹੈ ਇਸ ਵੈਲਿਊ ਨੂੰ ਅਸੀਂ ਕਹਿੰਦੇ ਹਾਂ ਪੁੱਤਰ ਪ੍ਰੈਸਿਵਿਟੀ, ਔਰ ਪ੍ਰੈਸਿਵ ਫੀਲ ਇਹਨੂੰ ਐਚ ਸੀ ਲਿਖਦੇ ਨੇ। ਮਤਲਬ ਬਣੇ ਹੋਏ ਮੈਗਨੇਟ ਨੂੰ ਪੂਰੀ ਤਰ੍ਹਾਂ ਨਾਲ ਡੀਮੈਗਨੇਟਾਈਜ਼ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ, ਉਹਨੂੰ ਮੈਗਨੇਟਾਈਜ਼ਿੰਗ ਫੀਲਡ 'ਚ ਦੁਬਾਰਾ ਰੱਖ ਸਕਦੇ ਹਾਂ। ਪਰ ਧਿਆਨ ਇਹ ਰੱਖਣਾ ਕਿ ਉਹ ਜਿਹੜਾ ਮੈਗਨੇਟਾਈਜ਼ਿੰਗ ਫੀਲਡ ਹੈ ਉਹਦੀ ਡਾਇਰੈਕਸ਼ਨ ਅਤੇ ਮੈਗਨੇਟ ਦੇ ਅੰਦਰ ਐਗਜ਼ਿਸਟ ਕਰ ਲਈ ਮੈਗਨੇਟਾਈਜ਼ੇਸ਼ਨ ਦੀ ਡਾਇਰੈਕਸ਼ਨ ਕੀ ਹੋਵੇ, ਆਪੋਜ਼ਿਟ ਹੋਵੇ, ਤਾਂ ਉਹ ਮੈਗਨੈਟਿਕ ਫੀਲਡ, ਐਕਸਟਰਨਲ ਮੈਗਨੈਟਿਕ ਫੀਲਡ ਉਹਨੂੰ ਮੁੜ ਕੇ ਕੀ ਕਰ ਸਕਦਾ, ਪੂਰੀ ਤਰ੍ਹਾਂ ਨਾਲ ਡੀਮੈਗਨੇਟਾਈਜ਼। ਤੋ ਇਹ ਪ੍ਰੈਸਿਵਿਟੀ। ਅੱਛਾ, ਹੁਣ ਮੰਨ ਲਓ ਅਸੀਂ ਜਿਹੜਾ ਆਈ ਕਰੰਟ ਹੈ ਇਹਨੂੰ ਵਧਾਉਂਦੇ ਹੋਏ ਕਿੱਥੇ ਪਹੁੰਚ ਚੁੱਕੇ ਹਾਂ ਕਿ ਇਹਦੇ ਅੰਦਰ ਰੱਖਿਆ ਹੋਇਆ ਜਿਹੜਾ ਮੈਗਨੇਟ ਸੀ ਉਹ ਦੁਬਾਰਾ ਕੀ ਹੋ ਚੁੱਕਾ ਸੀ, ਪੂਰੀ ਤਰ੍ਹਾਂ ਨਾਲ ਡੀਮੈਗਨੇਟਾਈਜ਼ਡ। ਪਰ ਅਸੀਂ ਰੁਕੇ ਨਹੀਂ, ਅਸੀਂ ਫਿਰ ਆਈ ਨੂੰ ਉਸੇ ਡਾਇਰੈਕਸ਼ਨ 'ਚ, ਲਾਲ ਰੰਗ ਵਾਲੀ ਡਾਇਰੈਕਸ਼ਨ 'ਚ ਵਧਾਉਣਾ ਜਾਰੀ ਰੱਖਿਆ। ਤੋ ਹੁਣ ਸਬਸਟਾਂਸ ਜਿਹੜਾ ਅੰਦਰ ਸੀ ਉਹ ਦੁਬਾਰਾ ਮੈਗਨੇਟਾਈਜ਼ਡ ਹੋਣ ਲੱਗ ਪਿਆ, ਮਤਲਬ ਹੁਣ ਉਹਦੀ ਮੈਗਨੇਟਾਈਜ਼ੇਸ਼ਨ ਆਈ ਐਮ ਦੀ ਡਾਇਰੈਕਸ਼ਨ ਪਹਿਲੇ ਨਾਲੋਂ ਉਲਟ ਡਾਇਰੈਕਸ਼ਨ 'ਚ, ਉੱਪਰ ਵਾਲੀ ਪੋਜ਼ਿਟਿਵ ਹੈ ਨੀਚੇ ਵਾਲੀ ਨੈਗੇਟਿਵ ਹੋਣੀ ਸ਼ੁਰੂ, ਔਰ ਉਹ ਪਹੁੰਚ ਗਿਆ ਡੀ ਦੇ, ਪੂਰੀ ਤਰ੍ਹਾਂ ਨਾਲ ਮੈਗਨੇਟਾਈਜ਼ ਫਿਰ ਹੋ ਗਿਆ। ਅਤੇ ਜੇ ਉਹਨੂੰ ਫਿਰ ਡੀ ਮੈਗਨੇਟਾਈਜ਼ ਕਰਨ ਵੱਲ ਜਾਣਾ ਤਾਂ ਫਿਰ ਐਚ ਘਟਾਉਣਾ ਸ਼ੁਰੂ ਕਰਤਾ, ਐਂਡ ਸੋ ਔਨ। ਫਿਰ ਅਸੀਂ ਐਚ ਦੀ ਡਾਇਰੈਕਸ਼ਨ ਦੁਬਾਰਾ ਇਸ ਤਰਫ ਕਰਤੀ। ਤੋ ਇੱਦਾਂ ਕਰਦੇ ਕਰਦੇ ਅਸੀਂ ਸਾਡੇ ਕੋਲ ਇੱਕ ਲੂਪ ਬਣ ਗਈ ਆਸ਼ੇ। ਇਸ ਕਰਵ ਨੂੰ ਅਸੀਂ ਕਹਿੰਦੇ ਹਾਂ ਹਿਸਟੈਰੀਸਿਸ ਕਰਵ। ਤੋ ਇਹਦੇ ਵਿੱਚ ਜਦੋਂ ਅਸੀਂ ਐਚ ਨੂੰ ਇੱਦਾਂ ਵਧਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ, ਸਬਸਟਾਂਸ ਨੂੰ
ਮੈਗਨੇਟਾਈਜ਼, ਜਦੋਂ ਐਚ ਇੱਦਾਂ ਕਰ ਰਹੇ ਹਾਂ ਡੀ ਮੈਗਨੇਟਾਈਜ਼, ਜਦੋਂ ਅਸੀਂ ਐਚ ਨੂੰ ਉਲਟ ਪਾਸੇ ਵਧਾ ਰਹੇ ਹਾਂ ਤਾਂ ਇੰਨੇ ਹਿੱਸੇ ਚ ਡੀ ਮੈਗਨੇਟਾਈਜ਼ ਹੋਇਆ, ਪਰ ਫਿਰ ਦੁਬਾਰਾ ਇੱਧਰ ਨੂੰ ਮੈਗਨੇਟਾਈਜ਼ ਹੋ ਗਿਆ, ਫਿਰ ਡੀ ਮੈਗਨੇਟਾਈਜ਼ ਐਚ ਹੋ, ਤੁਸੀਂ ਬਾਰ ਬਾਰ ਸਬਸਟਾਂਸ ਨੂੰ ਮੈਗਨੇਟਾਈਜ਼ ਡੀ ਮੈਗਨੇਟਾਈਜ਼, ਤਾਂ ਆਹ ਕਰਮ ਜਿਹੜਾ ਆ ਗਿਆ ਇਹਨੂੰ ਅਸੀਂ ਕਹਿੰਦੇ ਹਾਂ ਹਿਸਟੈਰੇਸਿਸ ਲੂਪ, ਹਿਸਟੈਰੇਸਿਸ ਲੂਪ।
forces means lagging off. L-A-G-G-I-N-G, lagging off. I am behind edge. ਮਤਲਬ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਦਾ ਐਚ ਨੂੰ ਫਾਲੋ ਕਰਨਾ। ਦੂਸਰਾ ਲਿਖੋ ਬੇਟਾ ਰਿਟੈਂਟਿਵਿਟੀ ਰੀਪ੍ਰੈਜੈਂਟਸ intensity of magnetization left in the substance after it has been removed. ਐਕਸਟਰਨਲ ਮੈਗਨੈਟਿਕ ਫੀਲਡ ਤੋਂ ਹਟਾਏ ਜਾਣ ਤੋਂ ਬਾਅਦ ਉਹਦੇ ਅੰਦਰ ਕਿੰਨੀ ਮੈਗਨੇਟਾਈਜੇਸ਼ਨ ਬਚੀ। ਅਗਲੀ ਲਾਈਨ ਚ ਲਿਖਿਓ ਹਾਇਰ ਦਾ ਵੈਲਿਊ ਆਫ ਰਿਟੈਂਟਿਵਿਟੀ stronger the magnet will. ਜਿੰਨੀ ਰਿਟੈਂਟਿਵਿਟੀ ਜ਼ਿਆਦਾ ਹੋਏਗੀ ਉਨਾ ਉਹ ਫੈਰੋਮੈਗਨੈਟਿਕ ਸਬਸਟਾਂਸ ਜ਼ਿਆਦਾ ਸਟਰੋਂਗ ਮੈਗਨੇਟ ਹੋਏਗਾ ਐਂਡ ਵਾਈਸ ਵਰਸਾ। ਜਿੰਨੀ ਰਿਟੈਂਟਿਵਿਟੀ ਘੱਟ ਹੈ ਉਨਾ ਘੱਟ ਹੋਏਗਾ। ਠੀਕ ਹੈ, ਇੱਦਾਂ ਹੀ ਲਿਖੋ। ਕੋਰੈਸਿਵਿਟੀ ਲਿਖੀ ਹੈ ਨਾ, ਕੋਰੈਸਿਵਿਟੀ minimum amount of magnetizing field required to completely demagnetized the substance. Demagnetized the substance completely. ਪੂਰੀ ਤਰ੍ਹਾਂ ਨਾਲ ਉਹਨੂੰ ਧੋਖੇ ਦੀ ਅਗਲੀ ਲਾਈਨ ਚ ਲਿਖੋ ਹਾਇਰ ਦਾ ਵੈਲਿਊ ਆਫ ਕੁਰੈਸਿਵਿਟੀ, ਜਿੰਨੀ ਕੁਰੈਸਿਵਿਟੀ ਜ਼ਿਆਦਾ ਹੋਏਗੀ higher the value of coercivity more difficult will be to demagnetize it, utna zyada mushkil hoge. And the substance can stay
magnetized for longer period, unni zyada der tak wo magnetized rahega, and vice versa. ਤੇ ਜੇ ਪ੍ਰੈਸਿਵਿਟੀ ਘੱਟ ਹੈ ਤਾਂ ਆਸਾਨੀ ਦੇ ਨਾਲ ਉਹ ਡੀਮੈਗਨੇਟਾਈਜ਼ ਹੋ ਜਾਂਦਾ, ਪਤਾ ਲੱਗ ਜੂ। ਤੇ ਤੀਸਰਾ, ਦਾ ਏਰੀਆ ਆਫ ਹਿਸਟੈਰੇਸਿਸ ਲੂਪ ਰਿਪ੍ਰੈਜ਼ੈਂਟਸ energy loss per unit volume, loss per unit volume during magnetization and demagnetization of the substance. Substance nu pehla magnetized karna, phir demagnetized karna, ਇਹਦੇ ਵਿੱਚ ਕੁਛ ਐਨਰਜੀ ਦਾ ਲੋਸ ਹੁੰਦਾ। ਉਹ ਐਨਰਜੀ ਲੋਸ ਕਿੰਨਾ ਹੁੰਦਾ ਪਰ ਯੂਨਿਟ ਵੋਲਿਊਮ, ਉਹ ਕੌਣ ਡਿਸਾਈਡ ਕਰਦਾ? ਇਹਦਾ ਏਰੀਆ, ਇਸ ਲੂਪ ਦਾ ਏਰੀਆ। ਮਤਲਬ ਜਿੰਨਾ ਜ਼ਿਆਦਾ ਏਰੀਆ ਹੋਏਗਾ ਉਨਾ ਜ਼ਿਆਦਾ ਐਨਰਜੀ ਲੋਸ ਹੋਏਗਾ। ਅੱਛਾ, ਸਮਝ ਆਈ ਗੱਲ? ਯਾਦ ਰੱਖਣੇ ਕੰਡੀਸ਼ਨਸ। ਤੇ ਲਾਸਟ ਲਿਖੋ ਇਹਦਾ, ਹੁਣ ਆਪਾਂ ਇੱਕ ਟਰਮ ਯੂਜ ਕਰਨੀ ਇੱਥੇ ਆਊਗੀ, ਪਰਮਾਨੈਂਟ ਮੈਗਨੇਟ। ਪਰਮਾਨੈਂਟ ਮੈਗਨੇਟ ਲਿਖੋ ਹੈਡਿੰਗ। ਪਰਮਾਨੈਂਟ ਮੈਗਨੇਟ ਦਾ ਮਤਲਬ ਬਈ ਇੱਕ ਵਾਰੀ ਜਿਹੜਾ ਸਬਸਟਾਂਸ ਮੈਗਨੇਟਾਈਜ਼ਡ ਕਰ ਦਿੱਤਾ ਗਿਆ ਉਹ ਕਾਫੀ ਸਾਲ, 2 ਸਾਲ, 4 ਸਾਲ ਲਈ ਮੈਗਨੇਟਾਈਜ਼ਡ ਹੀ ਰਹੇ, ਮਤਲਬ ਪਰਮਾਨੈਂਟ ਰਹੇ। ਲਿਖੋ, ਤੋ ਪਰਮਾਨੈਂਟ ਮੈਗਨੇਟ ਇਜ ਮੇਡ ਆਫ ਦੋਜ ਸਬਸਟਾਂਸਿਸ ਵਿਚ ਆਰ ਹੈਵਿੰਗ ਹਾਈ ਵੈਲਿਊ ਆਫ ਪ੍ਰੈਸਿਵਿਟੀ। ਹਾਈ ਵੈਲਿਊ ਆਫ ਪ੍ਰੈਸਿਵਿਟੀ, ਪ੍ਰੈਸਿਵਿਟੀ ਜਿਹਦੀ ਜ਼ਿਆਦਾ ਹੋਵੇ, ਠੀਕ ਹੈ। ਹੁਣ ਤੇ ਦੂਸਰਾ ਲਿਖੋ, ਇਲੈਕਟ੍ਰੋਮੈਗਨੇਟਸ ਇਲੈਕਟ੍ਰੋਮੈਗਨੇਟਸ ਨੂੰ ਅਸੀਂ ਕੀ ਕਰਦੇ ਹਾਂ, ਲੋਡ ਪੈਣ ਤੇ ਮੈਗਨੇਟਾਈਜ਼ ਕਰ ਦਿੰਦੇ ਹਾਂ, ਫਿਰ ਜਦੋਂ ਜ਼ਰੂਰਤ ਨਹੀਂ ਹੈ ਇਹਨਾਂ ਦੀ ਇਹਨਾਂ ਨੂੰ ਡੀਮੈਗਨੇਟਾਈਜ਼ ਕਰ ਦਿੰਦੇ। ਮਤਲਬ ਇਲੈਕਟ੍ਰੋਮੈਗਨੇਟ ਚ ਅਸੀਂ ਸਬਸਟਾਂਸ ਨੂੰ ਬਾਰ ਬਾਰ ਮੈਗਨੇਟਾਈਜ਼ ਤੇ ਡੀਮੈਗਨੇਟਾਈਜ਼ ਕਰਦੇ ਹਾਂ। ਤੋ ਫੋਰ ਇਟ, ਇਲੈਕਟ੍ਰੋਮੈਗਨੇਟ ਦੀ ਫੋਰ ਇਟ ਪ੍ਰੈਸਿਵਿਟੀ ਮਸਟ ਬੀ ਸਮਾਲ ਐਂਡ ਏਰੀਆ ਆਫ ਹਿਸਟੈਰੇਸਿਸ ਲੂਪ should also be small. ਦੋਨੋਂ ਹੀ ਥੋੜੇ ਹੋਣੇ ਚਾਹੀਦੇ, ਕਿਉਂਕਿ ਬਾਰ ਬਾਰ ਮੈਗਨੇਟਾਈਜ਼ ਡੀਮੈਗਨੇਟਾਈਜ਼ ਜਿੱਥੇ ਕਰਨਾ ਉੱਥੇ ਆਸਾਨੀ ਨਾਲ ਡੀਮੈਗਨੇਟਾਈਜ਼ ਹੋ ਜਾਏ। ਆਸਾਨੀ ਨਾਲ ਕਿੱਥੇ ਹੁੰਦਾ? ਜਿਹਦੀ ਪ੍ਰੈਸਿਵਿਟੀ ਘੱਟ ਹੋਏ ਔਰ
ਕਿਉਂਕਿ ਬਾਰ ਬਾਰ ਮੈਗਨੇਟਾਈਜ਼ ਡੀਮੈਗਨੇਟਾਈਜ਼ ਹੋਣ ਤੇ ਕੁਛ ਐਨਰਜੀ ਲੋਸ ਵੀ ਹੁੰਦਾ, ਉਹ ਕਿਹਦੇ ਬਰਾਬਰ ਹੁੰਦਾ ਐਨਰਜੀ ਲੋਸ? ਏਰੀਆ ਦੇ, ਲੂਪ ਦੇ। ਤਾਂ ਜਿੰਨਾ ਏਰੀਆ ਲੂਪ ਘੱਟ ਹੋਏਗਾ ਉਨਾ ਘੱਟ ਐਨਰਜੀ ਵੇਸਟ ਹੋਏਗੀ। ਤਾਂ ਇਲੈਕਟ੍ਰੋਮੈਗਨੇਟ ਲਈ ਇਹ, ਤਾਂ ਫੋਰ ਇਲੈਕਟ੍ਰੋਮੈਗਨੇਟ ਹੈ ਨਾ ਇਹ ਆ ਗਿਆ। ਹੁਣ ਜਦੋਂ ਆਪਾਂ ਇਸ ਗੱਲ ਦਾ ਖਿਆਲ ਰੱਖ ਲਿਆ, ਹੁਣ ਆਹ ਦੇਖੋ ਤੁਹਾਡੇ ਸਾਹਮਣੇ ਆਪਾਂ ਦੋ ਸਬਸਟਾਂਸ ਕੰਸੀਡਰ ਕਰਨੇ ਪੁੱਤਰ, ਇੱਕ ਸਟੀਲ ਹੈ ਸਟੀਲ ਤੇ ਦੂਜਾ ਹੈ ਸੋਫਟ ਆਇਰਨ। ਆ ਆ ਗਿਆ ਸਾਡੇ ਲਈ ਸਟੀਲ ਹਰੇ ਵਾਲਾ ਜਿਹੜਾ ਵਾ, ਉਹਦੇ ਲਈ ਇੱਦਾਂ ਆ ਜਿਹੜਾ ਕਰਵ ਹੈ ਉਹ ਕੁਛ ਇੱਦਾਂ ਦਾ ਹੋਏਗਾ।
ਠੀਕ ਹੈ। ਤੋ ਇਹਦੇ ਨਾਲ ਇਹ ਜਿਹੜਾ ਮੈਗਨੇਟਿਜ਼ਮ ਦਾ ਪੋਰਸ਼ਨ ਹੈ ਯੂਨਿਟ ਨੰਬਰ 3 ਉਹ ਹੋ ਗਿਆ ਕੰਪਲੀਟ। ਤੋ ਹੁਣ ਆਪਾਂ ਸਾਡੀ ਇੱਕ ਅਸਾਈਨਮੈਂਟ ਰਹਿੰਦੀ ਹੈ ਮੂਵਿੰਗ ਕੋਇਲ ਗਲਵੈਨੋਮੀਟਰ ਲਈ, ਇੱਕ ਰਹਿੰਦੀ ਹੈ ਮੈਗਨੇਟਿਜ਼ਮ ਦੀ। ਮੈਗਨੇਟਿਜ਼ਮ ਵਾਲੇ ਤਾਂ ਜ਼ਿਆਦਾਤਰ ਕਨਸੈਪਚੁਅਲ ਪ੍ਰੋਬਲਮ ਦੀ ਹੈ ਕੋਈ ਕਾਰਨ ਨੂੰ। ਤੋ ਦੇਖੋ ਅਸਾਈਨਮੈਂਟ ਹੁਣ ਇਹਦੇ ਲਈ ਇਸ ਅਸਾਈਨਮੈਂਟ ਨੂੰ ਸੋਲਵ ਕਰਨ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਜਾਂ ਹੋਣਾ ਚਾਹੀਦਾ ਕਿ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਕੇਸ 'ਚ ਜਿਹੜੀ ਕਰੰਟ ਕੈਰਿੰਗ ਕੋਇਲ ਹੈ ਕਿਉਂਕਿ ਉਹ ਰੇਡੀਅਲ ਮੈਗਨੈਟਿਕ ਫੀਲਡ 'ਚ ਰਹਿੰਦੀ ਹੈ, ਰੇਡੀਅਲ ਮੈਗਨੈਟਿਕ ਫੀਲਡ ਦੇ ਅੰਦਰ ਕੋਇਲ ਦੇ ਉੱਪਰ ਹਰ ਜਗ੍ਹਾ ਤੇ ਟੋਰਕ ਇੱਕੋ ਜਿਹੀ ਲੱਗਦੀ ਹੈ, ਕਿੰਨੀ ਐਨ ਆਈ ਏ ਬੀ, ਐਨ ਨੰਬਰ ਆਫ ਟਰਨਸ ਆਈ ਕਰੰਟ, ਏ ਏਰੀਆ, ਬੀ ਮੈਗਨੈਟਿਕ ਤੇ ਸਾਈਨ 90 ਡਿਗਰੀ ਹੁੰਦਾ ਨਾ ਇਸ ਕਰਕੇ। ਤੇ ਇਹ ਜਿਹੜੀ ਟੋਰਕ ਹੈ ਡਿਫਲੈਕਟਿੰਗ ਟੋਰਕ ਇਹ ਕਿਹਦੇ ਬਰਾਬਰ ਹੁੰਦੀ ਹੈ, ਜਿਹੜੀ ਉਹ ਸਸਪੈਂਸ਼ਨ ਵਾਇਰ ਹੈ ਜਿਹਦੇ ਨਾਲ ਕੋਇਲ ਲਟਕਾਈ ਹੈ ਤੇ ਉਹਦੇ ਅੰਦਰ ਪੈਦਾ ਹੁੰਦੀ ਹੈ ਰੀਸਟੋਰਿੰਗ ਟੋਰਕ ਕੇ ਥੀਟਾ ਉਹਦੇ ਬਰਾਬਰ। ਆਹ ਇੱਕ ਰੈਗੂਲੇਸ਼ਨ ਹੈ ਜਿਹੜਾ ਮੂਵਿੰਗ ਕੋਇਲ ਦਾ ਇੰਪੋਰਟੈਂਟ ਪਾਰਟ ਹੈ, ਕਰੰਟ ਔਰ ਡਿਫਲੈਕਸ਼ਨ ਨੂੰ ਸ਼ੋ ਕਰਦਾ। ਤੋ ਸਾਰੇ ਨੂਮੈਰੀਕਲਸ ਇਹਦੇ ਉੱਪਰ ਬੇਸਡ ਹੈ। ਹੁਣ ਚਾਹੇ ਕੁਐਸਚਨ ਨੰਬਰ 1 ਦੀ ਗੱਲ ਕਰ ਲਓ, ਇਹਦੇ ਵਿੱਚ ਨੰਬਰ ਆਫ ਟਰਨਸ ਹੈਗੀਆਂ ਵਾ 250 ਤੇ ਜਿਹੜੀ ਕੋਇਲ ਹੈ ਰੈਕਟੈਂਗੂਲਰ ਫਰੇਮ ਦੇ ਉੱਪਰ ਵਾਊਂਡ ਕੀਤੀ ਹੈ ਤੋ ਏਰੀਆ ਆ ਗਿਆ ਲੈਂਥ ਇੰਟੂ ਬ੍ਰੈਥ 2 × 1 ਸੈਂਟੀਮੀਟਰ ਸਕੁਅਰ। ਤੋ ਇਹਨੂੰ ਸਕੁਅਰ ਮੀਟਰ ਚ ਕਨਵਰਟ ਕਰ। ਜਿਹੜਾ ਮੈਗਨੈਟਿਕ ਫੀਲਡ ਹੈ ਉਹ ਰੇਡੀਅਲ ਵੀ ਹੈ ਔਰ 2000 ਗੌਜ਼ ਹੈ, ਤੋ ਉਹਨੂੰ ਟੈਸਲਾ ਚ ਕਨਵਰਟ ਕਰ ਲੈ। ਕਰੰਟ ਵੀ ਗਿਵਨ ਹੈ 10⁻⁴ ਐਂਪੀਅਰ ਤੇ ਜਿਹੜੀ ਐਂਗੂਲਰ ਡਿਫਲੈਕਸ਼ਨ ਹੈ ਥੀਟਾ ਉਹ 30 ਡਿਗਰੀ ਹੈ। ਟੋਰਸ਼ਨਲ ਕੋਨਸਟੈਂਟ K ਨੂੰ ਅਸੀਂ ਟੋਰਸ਼ਨਲ ਕੋਨਸਟੈਂਟ ਕਹਿੰਦੇ ਆ, ਇਹ ਕੱਢਣਾ ਵਾ। ਹੁਣ ਧਿਆਨ ਦਿਓ, ਜਦੋਂ ਵੀ ਤੁਹਾਨੂੰ ਦੱਸਿਆ ਹੋਇਆ ਜਾਂ ਯਾਦ ਰੱਖਣਾ, ਜਦੋਂ ਵੀ ਨਾ ਕੋਈ ਵੀ ਨੂਮੈਰੀਕਲ ਸੋਲਵ ਕਰਦੇ ਆ ਤਾਂ ਹਰ ਕੁਆਂਟਿਟੀ ਦਾ ਯੂਨਿਟ SI ਪ੍ਰੈਫਰ ਕਰਨਾ। ਹੁਣ ਜਿਹੜਾ ਐਂਗਲ ਹੈ ਨਾ, ਜਿੱਥੇ ਕੱਲਾ ਐਂਗਲ ਹੈ, ਜਿੱਥੇ ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ ਉਹ ਨੰਬਰਸ ਹੈ, ਉਹਨਾਂ ਦਾ ਕੋਈ ਯੂਨਿਟ ਨਹੀਂ ਹੁੰਦਾ। ਪਰ ਜਿੱਥੇ ਕੱਲਾ ਐਂਗਲ ਹੈ ਜਿੱਦਾਂ ਉਹ ਥੀਟਾ ਆ ਗਿਆ ਬਿਨਾਂ ਸਾਈਨ ਬੋਸ ਦੇ, ਤੋ ਉਹਦੀ ਵੈਲਿਊ ਜਦੋਂ ਵੀ ਪੁੱਟ ਕਰਨੀ ਹੈ ਰੇਡੀਅਨ ਚ ਕਨਵਰਟ ਕਰਨੀ। ਔਰ ਉਹਦੇ ਲਈ ਯਾਦ ਰੱਖੋ ਵੀ 180 ਡਿਗਰੀ ਪਾਈ ਰੇਡੀਅਨ ਐਂਗਲ ਬਰਾਬਰ ਹੁੰਦੇ। SI ਯੂਨਿਟ ਆਫ ਐਂਗਲ ਰੇਡੀਅਨ ਹੈ, ਇਹਦਾ ਮਤਲਬ 1 ਡਿਗਰੀ ਪਾਈ ਬਾਏ 180 ਰੇਡੀਅਨ ਦੇ ਬਰਾਬਰ ਹੈ। ਇਹਦਾ ਮਤਲਬ 30 ਡਿਗਰੀ ਪਾਈ ਬਾਏ 6 ਰੇਡੀਅਨ। ਮਤਲਬ ਉਸ ਫਾਰਮੂਲਾ ਚ ਥੀਟਾ ਦੀ ਵੈਲਿਊ ਜੇ 30 ਡਿਗਰੀ ਪੁੱਟ ਕਰਤੀ ਤਾਂ ਆਨਸਰ ਗਲਤ ਹੈ, ਪਾਈ ਬਾਏ 6 ਪੁੱਟ ਕਰ।
ਜਿਹੜਾ ਕੁਸ਼ਚਨ ਨੰਬਰ ਦੇਖੋ ਸੈਕਿੰਡ ਦੇਖ ਲਓ ਕੁਸ਼ਚਨ ਨੰਬਰ 2 ਜਿਹੜਾ ਵਾ ਉਹਦੇ ਵਿੱਚ ਵੀ ਦੇਖੋ ਉਹ ਕਹਿੰਦਾ ਕਰੰਟ ਆਫ 800 ਜਦੋਂ ਕਰੰਟ ਹੈ 800 ਮਾਈਕਰੋ ਐਂਪੀਅਰ ਤਾਂ ਡਿਫਲੈਕਸ਼ਨ ਹੈ 60 ਡਿਗਰੀ ਮਤਲਬ ਪਾਈ ਬਾਏ 3 ਰੇਡੀਅਨ ਤੇ ਜਦੋਂ ਕਰੰਟ ਹੈ ਆਈ ਤਾਂ ਡਿਫਲੈਕਸ਼ਨ ਹੈ ਪਾਈ ਬਾਏ 10 ਰੇਡੀਅਨ ਤਾਂ ਆਈ ਕਰੰਟ ਦੱਸੋ ਤਾਂ ਦੱਸ ਦਾਂਗੇ ਇਹ ਦੋ ਕੇਸਿਸ ਹੈ ਉਹ ਫਾਰਮੂਲਾ ਉਹੀ ਹੈ ਪੁੱਤਰ ਆਏਗਾ ਫਾਰਮੂਲਾ ਵਾ ਇਹਦੇ ਵਿੱਚ ਆਈ ਬਾਏ ਥੀਟਾ ਦੀ ਰੇਸ਼ੋ ਕੀ ਹੈ ਕੇ ਐਨ ਏ ਬੀ ਤੋ ਆ ਰੇਸ਼ੋ ਗਿਵਨ ਗਲਵੈਨੋਮੀਟਰ ਲਈ ਕਾਂਸਟੈਂਟ ਹੈ ਇਹਦਾ ਮਤਲਬ ਇੱਥੇ ਅਸੀਂ ਆਈ ਵਨ ਥੀਟਾ ਵਨ ਇਜ ਇਕੁਅਲ ਟੂ ਆਈ ਟੂ ਥੀਟਾ ਟੂ ਇਹਨੂੰ 1-1 ਕਰ ਲੈਣਾ ਇਹਨੂੰ 2-2 ਕਰ ਦੇਣਾ ਤਾਂ ਗਲਵੈਨੋਮੀਟਰ ਕਿਉਂਕਿ ਸੇਮ ਹੀ ਹੈ ਇਸ ਕਰਕੇ ਰੇਸ਼ੋ ਬਰਾਬਰ ਰਹੇ ਇੱਥੋਂ ਆਈ ਟੂ ਨਿਕਲ ਆਉਣਾ ਤੁਹਾਡਾ ਨਾਲ ਇਹ ਵੀ ਕਿਹਾ ਕਹਿੰਦਾ ਵਟ ਇਜ ਸੈਂਸਿਟੀਵਿਟੀ ਹੁਣ ਸੈਂਸਿਟੀਵਿਟੀ ਹੈ ਇੱਕ ਉਹਦੀ ਕਰੰਟ ਸੈਂਸਿਟੀਵਿਟੀ ਥੀਟਾ ਬਾਏ ਆਈ ਇੱਕ ਹੁੰਦੀ ਆ ਵੋਲਟੇਜ ਸੈਂਸਿਟੀਵਿਟੀ ਥੀਟਾ ਬਾਏ ਵੀ ਦੇਖੋ ਜ਼ਿਆਦਾਤਰ ਜਦੋਂ ਸੈਂਸਿਟੀਵਿਟੀ ਵਰਡ ਯੂਜ਼ ਕਰਨਾ ਤਾਂ ਉਹ ਕਰੰਟ ਸੈਂਸਿਟੀਵਿਟੀ ਨਾਲ ਜੁੜੀ ਟਰਮ ਹੈ ਤੋ ਥੀਟਾ ਵਾਏ ਆਈ ਕੱਢਣਾ ਤੋ ਉਹ ਤਾਂ ਨਿਕਲ ਹੀ ਗਿਆ ਦੇਖੋ ਇੱਥੋਂ ਚਾਹੇ ਇੱਥੋਂ ਕੱਢ ਲਓ ਚਾਹੇ ਇੱਥੋਂ ਕੱਢ ਲਓ ਕਿਉਂਕਿ ਗਲਵੈਨੋਮੀਟਰ ਲਈ ਥੀਟਾ ਵਾਏ ਆਈ ਕੀ ਹੈ ਜੇ ਆਈ ਵਾਏ ਥੀਟਾ ਕਾਂਸਟੈਂਟ ਹੈ ਤਾਂ ਥੀਟਾ ਵਾਏ ਆਈ ਵੀ ਕਾਂਸਟੈਂਟ ਹੀ ਹੈ ਇਟ ਮੀਨਸ ਐਸ ਆਈ ਦੀ ਵੈਲਿਊ ਜਾਂ ਨਿਕਲ ਆਏਗੀ ਥੀਟਾ 1 ਓਵਰ ਆਈ 1 ਤੋਂ ਜਾਂ ਆ ਜਾਏਗੀ ਥੀਟਾ 2 ਓਵਰ ਆਈ 2 ਤੋਂ ਕਿਉਂਕਿ ਆਈ 2 ਤਾਂ ਕੱਢ ਚੁੱਕੇ ਆ ਪਰ ਕਿਉਂਕਿ ਆਈ 2 ਕੱਢਣਾ ਵਾ ਇਸ ਕਰਕੇ ਆਈ 2 ਪ੍ਰੈਫਰ ਕਰ ਲਿਆ ਅਸੀਂ ਥੀਟਾ 1 ਤੋਂ ਕੁਸ਼ਚਨ ਨੰਬਰ 3 ਕੁਸ਼ਚਨ ਨੰਬਰ 3 ਦੇ ਵਿੱਚ ਕੀ ਗਿਵਨ ਹੈ ਮੂਵਿੰਗ ਕੋਇਲ ਗਲਵੈਨੋਮੀਟਰ ਰੇਡੀਅਲ ਮੈਗਨੈਟਿਕ ਫੀਲਡ ਲਾਅ ਨੰਬਰ ਆਫ ਟਰਨਸ 200 ਏਰੀਆ 1.6 × 10⁻⁴ ਸਕੁਅਰ ਮੀਟਰ ਟੋਰਸ਼ਨਲ ਕਾਂਸਟੈਂਟ ਕੇ 10⁻⁶ ਨਿਊਟਨ ਮੀਟਰ ਪਰ ਡੇ ਇਹਦੇ ਵਿੱਚ ਦੋ ਪਾਰਟਸ ਹੈ ਕਿ ਆਪਾਂ ਇੱਕ ਤਾਂ ਕਰੰਟ ਕੱਢਣਾ ਆਈ ਕਦੋਂ ਜਦੋਂ ਥੀਟਾ
45 डिग्री है, मतलब पाई बाय 4 रेडियन, और दूसरा करंट कटना कदो जो थीटा की वैल्यू 0.1 डिग्री है, 0.1 डिग्री मतलब 0.1 इंटू पाई बाय 180 रेडियन। पहली बार आई कटना जो थीटा इना है मैक्सिमम तो आई भी मैक्सिमम, दूसरी बार थीटा मिनिमम है तो आई भी मिनिमम हो गया। तो फार्मूला आ ही लगना, तो फार्मूला की बन गया आई गई के थीटा ओवर एन ए बी, इतने भी वही लगना। दोनों केसेस से थीटा की वैल्यू डिफरेंट देती है ना, हाउ डू वी अचीव रेडियल मैग्नेटिक फील्ड इन ए मूविंग कॉयल, तो इट इज अचीव्ड बाय यूजिंग कॉनकेव टाइप पोल पीसेस, है ना? आंसर व्हाट इज इट्स यूज, तो लिखो क्वेश्चन नंबर 7 आंसर की है। पहला पार्ट है कि रेडियल मैग्नेटिक फील्ड इज अचीव्ड बाय यूजिंग कॉनकेव टाइप पोल पीसेस, और यदि यूज लिखनी कहता इन दिस फील्ड, इन दिस फील्ड, इन दिस फील्ड मैग्नेटिक फील्ड इज ऑलवेज, इज ऑलवेज नॉर्मल टू द एरिया वेक्टर, एंड हेंस मैक्सिमम टॉर्क इज एक्सपीरियंस्ड बाय द कॉइल एट ऑल ओरिएंटेशंस, हर जगह पे, एंड लीनियर स्केल इज, लीनियर स्केल ऑफ मेजरमेंट इज ऑब्टेन्ड, ऑब्टेन्ड। फिर एट्थ है कि व्हाई डू वी प्रेफर फॉस्फर ब्रॉन्ज अलॉय और क्वार्ट्ज अलॉय फॉर सस्पेंशन वायर, तो ये हिंदा to increase the current sensitivity of galvanometer. Because current here
the value of torsional constant, because the value of torsional constant is very small for it. Question number 9. Yeh bhi jawab sidha hi hai. Why is it necessary to introduce soft iron ore inside the coil of filament? So, it is done to increase current sensitivity by increasing the value of B. B matlab magnetic field. The value of B at the position of coil. Question number 11. सेंसिटिविटी को कितना बढ़ाना 50% ये पहला करंट सेंसिटिविटी है S ता हुन इनु की कर देना जितना S सी होगा 50% और बता दियो S प्लस 50 by 100 S S प्लस 1 by 2 S 3 by 2 S आ इनिशियल रेजिस्टेंस है ये फाइनल हो गई, ये इनिशियल करंट सेंसिटिविटी है ये फाइनल हो गई, और आप की करना है परसेंटेज इंक्रीज इन वोल्टेज सेंसिटिविटी, और देखो कितने परसेंट वोल्टेज सेंसिटिविटी करनी परसेंटेज हमेशा कटी जाती है चेंज का मतलब फाइनल वोल्टेज सेंसिटिविटी माइनस इनिशियल ये हो गई चेंज
ਫ੍ਰੈਕਸ਼ਨਲ ਚੇਂਜ ਨੂੰ 100% ਨਾਲ ਮਲਟੀਪਲਾਈ ਕਰ ਦੋ ਬਣ ਜਾਂਦੀ ਹੈ ਪਰਸੈਂਟੇਜ। ਤੋ SV ਬੈਚ ਓਵਰ SV ਮਾਈਨਸ 1 ਇਨਟੂ ਹੁਣ ਜੇ SV ਦੀ ਵੈਲਿਊ ਲਿਖਾਂਗੇ SI ਓਵਰ RG ਇਹਦੇ ਹਿਸਾਬ ਨਾਲ, ਤੋ ਆਪਾਂ SI ਕੀ ਲਿਆ S ਔਰ RG ਹੈ R, ਤਾਂ SV ਡੈਸ਼ ਕਿੱਦਾਂ ਲਿਖਾਂਗੇ ਫਿਰ ਆਪਾਂ SI ਡੈਸ਼ ਓਵਰ RG ਡੈਸ਼। SI ਡੈਸ਼ ਕਿੰਨਾ ਔਰ RG ਡੈਸ਼ ਹੈ ਡਬਲ, ਇਹ ਬਣ ਗਿਆ 3/4 SYR। ਪਰ SYR ਤਾਂ ਅਸੀਂ SV ਕਹਿੰਦੇ ਹਾਂ ਪੁਰਾਣੀ ਵੋਲਟੇਜ ਸੈਂਸਿਟੀਵਿਟੀ, ਇਹਦਾ ਮਤਲਬ SV ਡੈਸ਼ ਓਵਰ SV ਕੀ ਆ ਗਿਆ 3/4। ਆ ਵੈਲਿਊ ਇੱਥੇ ਪੁੱਟ ਕਰੋ, ਇੱਥੇ ਪਰਸੈਂਟੇਜ ਚੇਂਜ ਕਰ ਦਿੰਦੇ ਹਾਂ, ਇਹ ਮਾਈਨਸ 1/4 ਇੰਟੂ 100 ਮਾਈਨਸ 20%, ਤੋਂ ਵੋਲਟੇਜ ਸੈਂਸਿਟੀਵਿਟੀ ਘਟੇਗੀ ਵਧੇਗੀ ਨਹੀਂ, 25% ਘੱਟ ਜਾਏਗੀ, ਨੈਗੇਟਿਵ ਆ ਗਿਆ ਨਾ। ਇੰਪੋਰਟੈਂਟ ਬੜਾ ਹੈ ਕੁਐਸਚਨ,
ਕਿੰਨਾ ਟਾਈਮ ਹੋਇਆ? 7-5 ਤੋਂ question number
ਫਿਫਥ ਦੇਖੋ ਗਲਵੈਨੋਮੀਟਰ ਆਫ ਰੈਜ਼ਿਸਟੈਂਸ 20 ohm can be connected nahi hai converted okay kar lo can be converted into a voltmeter of range 0 to v volt by connecting a resistance of 20 ohm in series. How much resistance will be required to change its range from 0 to V by V? Matlab ye asi ek voltmeter ch banana va, but us voltmeter di range kinni rakhni? V nahi rakhni, V by 3. Ta R kinni honi chahiye? ਇਹਦੇ ਨਾਲ ਦਾ ਪਹਿਲਾਂ ਵੀ ਕੀਤਾ ਸੀ, ਇੰਪੋਰਟੈਂਟ ਕਨਸੈਪਟ ਹੈ। ਤਾਂ ਦੇਖੋ ਜਦੋਂ ਵੀ ਵੋਲਟਮੀਟਰ ਨੂੰ ਅਸੀਂ ਗਲਵੈਨੋਮੀਟਰ ਨੂੰ ਵੋਲਟਮੀਟਰ ਚ ਕਨਵਰਟ ਕਰਨਾ ਤਾਂ ਗਲਵੈਨੋਮੀਟਰ ਦੇ ਨਾਲ ਸੀਰੀਜ਼ ਦੇ ਵਿੱਚ ਇੱਕ ਰੈਜ਼ਿਸਟੈਂਸ ਲਗਾਈ ਹਾਈ, ਪਰ ਫੁੱਲ ਡਿਫਲੈਕਸ਼ਨ ਕਰੰਟ ਸੇਮ ਰਹਿਣਾ ਆਈ ਜੀ। ਕਨਵਰਟ ਕੀਤੇ ਹੋਏ ਵੋਲਟਮੀਟਰ ਚ ਆਈ ਜੀ ਕਰੰਟ ਕਦੋਂ ਫਲੋ ਕਰਨਾ? ਜਦੋਂ ਵੋਲਟੇਜ ਵੀ ਹੋਏ, ਜਦੋਂ ਵੋਲਟੇਜ ਮੈਕਸਿਮਮ ਵਾਲੀ ਹੋਏ। ਤਾਂ ਹੁਣ ਕਰੰਟ ਕੀ ਹੁੰਦਾ? ਪੁੱਤ ਕਰੰਟ ਹੁੰਦਾ ਵੋਲਟੇਜ ਓਵਰ ਰੈਜ਼ਿਸਟੈਂਸ, ਔਰ ਇਹਦੇ ਚ ਕਰੰਟ ਕੀ ਹੋਊਗਾ? ਵੋਲਟੇਜ ਓਵਰ ਰੈਜ਼ਿਸਟੈਂਸ। ਤੋ ਕਨਵਰਟ ਕੀਤੇ ਹੋਏ ਵੋਲਟਮੀਟਰ ਦੇ ਵਿੱਚ ਕਰੰਟ ਆਈ ਜੀ ਕਦੋਂ ਫਲੋ ਕਰੇਗਾ? ਜਦੋਂ ਵੋਲਟੇਜ ਵੋਲਟਮੀਟਰ ਦੀ ਮੈਕਸਿਮਮ ਵਾਲੀ ਹੋਏਗੀ। ਇਸ ਵੋਲਟਮੀਟਰ ਦੀ ਮੈਕਸਿਮਮ V ਹੈ ਔਰ ਇਹਦੀ ਮੈਕਸਿਮਮ V by 3 ਹੈ, ਧਿਆਨ ਰੱਖਣਾ। ਅੱਛਾ, ਤੇ ਆਹ ਦੋਨੋਂ ਸੀਰੀਜ਼ ਚੋਂ ਕਰਕੇ ਟੋਟਲ ਰੈਜ਼ਿਸਟੈਂਸ ਹੈ G plus R, ਇਹ ਹੈ G plus R dash। ਦੋਨਾਂ ਨੂੰ ਇਕੁਏਟ ਕਰ ਲਓ ਕਿਉਂਕਿ ਦੋਨਾਂ ਦੀ ਲੈਫਟ ਹੈਂਡ ਸਾਈਡ ਬਰਾਬਰ ਹੈ। V over G plus R ਤੇ V over ਇਹਦਾ ਲਿਖਤਾ V ਵੀ ਕੱਟੇਗਾ। ਤੋ 3G plus 3R dash is equal to G plus R cross multiply ਕਰਤਾ ਤੇ 3R dash ਆ ਗਿਆ। R dash ਦੀ ਵੈਲਿਊ ਆ ਗਈ R minus 2G by ਹੁਣ R ਤੁਹਾਨੂੰ ਗਿਵਨ ਹੈ 20, 20, G ਗਿਵਨ ਹੈ 20, ਠੀਕ ਹੈ। ਤੋ ਦੇਖ ਲਓ ਕਿੰਨਾ ਆਇਆ R ਡੈਸ਼।